ਬਿਲਕੁਲ ਜੀ, ਤੁਸੀਂ ਦੇਖ ਸਕਦੇ ਹੋ ਨਗਰ ਕੀਰਤਨ ਗੁਰੂ ਨਾਨਕ ਗੁਰਦੁਆਰਾ ਸਾਹਿਬ ਵਿਲਨ ਹਾਲ ਤੋਂ ਆਰੰਭਤਾ ਕਰਕੇ ਅਤੇ ਵੱਖ ਵੱਖ ਪੜਾਵਾਂ ਦੇ ਵਿੱਚੋਂ ਨਿਕਲਦਾ ਹੋਇਆ ਅਤੇ ਅੱਜ ਅਸੀਂ ਗੁਰਦੁਆਰਾ ਗੁਰੂ ਨਾਨਕ ਗੁਰਦੁਆਰਾ ਵੈਂਟਸਫੀਲਡ ਵਿਖੇ ਜਿਹੜੀ ਉਹ ਸਮਾਪਤੀ ਹੋਵੇਗੀ। ਅਤੇ ਤੁਸੀਂ ਦੇਖ ਸਕਦੇ ਹੋ ਮੈਂ ਇਸ ਵੇਲੇ ਉਸ ਟਰੈਕਟਰ ਦੇ ਉੱਤੇ ਹਾਂ, 5911 ਦੀ ਆਪਾਂ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਸਿੱਧੂ ਮੂਸੇਵਾਲੇ ਦੀ ਵੀ ਯਾਦ ਹੋਵੇ ਦਵਾਉਂਦਾ ਕਿ ਉਹਦਾ ਫੇਵਰੇਟ ਟਰੈਕਟਰ ਸੀਗਾ ਅਤੇ ਉਹਨੇ ਇਹ ਟਰੈਕਟਰ ਨੂੰ ਕਾਫੀ ਜਿਹੜਾ ਮਸ਼ਹੂਰ ਕੀਤਾ ਪੂਰੀ ਦੁਨੀਆ ਦੇ ਵਿੱਚ। ਅਤੇ ਇਸ ਨੌਜਵਾਨ ਨੇ ਇਹ ਟਰੈਕਟਰ ਇੰਗਲੈਂਡ ਦੇ ਵਿੱਚ ਜਿਹੜਾ ਨਗਰ ਕੀਰਤਨ ਦੇ ਮੋਹਰੇ ਮੋਹਰੇ ਜਿਹੜਾ ਉਹ ਚੱਲ ਰਿਹਾ ਅਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਪਾਣੀ ਦੀ ਟੈਂਕੀ ਜਿਹੜੀ ਪਾਈ ਹੋਈ ਆ ਕਿ ਜਿਹੜਾ ਜਲ ਦਾ ਛਿੜਕਾਅ ਕਰ ਰਿਹਾ। ਅਤੇ ਆਪਾਂ ਇਸ ਨੌਜਵਾਨ ਨਾਲ ਗੱਲਬਾਤ ਕਰਦੇ ਹਾਂ ਕਿ ਕਿਵੇਂ ਇਹ ਸੋਚ ਆਈ ਕਿ ਇਸ ਟਰੈਕਟਰ ਨੂੰ ਇੱਥੇ ਲਿਆਂਦਾ ਜਾਵੇ। ਭਾਈ ਸਾਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਕਿੱਦਾਂ ਦਿਮਾਗ ਸੋਚਿਆ ਵੀ ਆਪਾਂ ਇਹ 5911 ਨੂੰ ਇੰਗਲੈਂਡ ਵਿੱਚ ਲਿਆਈਏ? ਇਹ ਨਹੀਂ, ਇੱਥੇ ਬਣਿਆ ਜੀ। ਅੱਛਾ, ਤੁਸੀਂ ਇੱਥੇ ਜਿਹੜੇ ਤਿਆਰ ਕੀਤਾ ਜੀ? ਅੱਛਾ ਜੀ, ਹਾਂਜੀ। ਮਤਲਬ ਬਹੁਤ ਵਧੀਆ ਲੱਗਦਾ ਆ, ਕੀ ਸੋਚ ਕੇ ਤਿਆਰ ਕੀਤਾ? ਨਗਰ ਕੀਰਤਨ ਵਾਸਤੇ ਤਿਆਰ ਕੀਤਾ ਸੀਗਾ, ਜਲ ਸ਼ੇਵਾ ਵਾਸਤੇ। ਅੱਛਾ ਜੀ, ਹਾਂਜੀ। ਅਤੇ ਮੈਂ ਦੇਖਿਆ ਤੇ ਸਕਰੀਨ ਵੀ ਬਹੁਤ ਵਧੀਆ ਲਾਈ ਹੋਈ ਆ ਉੱਤੇ ਕਿ ਵਿਸਾਖੀ ਸੈਲੀਬ੍ਰੇਸ਼ਨ 2024। ਇਹ ਇਹ ਕਿੱਦਾਂ ਕੀ ਮਤਲਬ ਕਿ ਇਹ ਨਿਆਣਿਆਂ ਨੂੰ ਵੈਸੇ ਅੱਜ ਦੇ ਬੱਚਿਆਂ ਨੂੰ ਦੇਖਿਆ ਜਾਵੇ ਬਹੁਤ ਵਧੀਆ ਇੱਕ ਸੋਚ ਆ ਕਿ ਬੱਚਿਆਂ ਨੂੰ ਪਤਾ ਲੱਗ ਆਪਾਂ ਕਿਉਂ ਕਰ ਰਹੇ ਹਾਂ ਸਾਰਾ ਕੁਛ, ਆਪਣੇ ਫਿਊਚਰ ਵਾਸਤੇ ਕਰ ਰਹੇ ਹਾਂ, ਉਹਨਾਂ ਨੂੰ ਪਤਾ ਲੱਗ ਸਕੇ ਆਪਣੇ ਬਾਰੇ ਵੀ ਆਪਾਂ ਕੀ ਸੈਲੀਬ੍ਰੇਟ ਕਰ ਰਹੇ ਹਾਂ। ਜੀ ਹਾਂਜੀ, ਬਿਲਕੁਲ, ਬਹੁਤ ਖੁਸ਼ੀ ਹੁੰਦੀ ਹੈ ਜਦੋਂ ਇਹੋ ਜਿਹੇ ਨੌਜਵਾਨ ਆਪਣੇ, ਦੇਖੋ ਇਹ ਬਹੁਤ ਜ਼ਰੂਰੀ ਨੇ ਅੱਜ ਅਸੀਂ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਹਾਂ, ਪਰ ਕਿਤੇ ਨਾ ਕਿਤੇ ਦੇਖਿਆ ਜਾਵੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਦੀਆਂ ਸਨ, ਇਹ ਟਰੈਕਟਰ, ਉਹ ਜੀਪਾਂ, ਉਹ ਖਾਲਸੇ ਦਾ ਰੂਪ, ਅਤੇ ਅੱਜ ਵਿਦੇਸ਼ਾਂ ਦੇ ਵਿੱਚ ਵੀ ਤੁਸੀਂ ਨਗਰ ਕੀਰਤਨ ਦੇ ਵਿੱਚ ਦੇਖ ਸਕਦੇ ਹੋ ਪੰਜ ਪਿਆਰਿਆਂ ਦੀ ਅਗਵਾਈ ਦੇ ਹੇਠ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਫੁੱਲਾਂ ਲੱਦੀ ਪਾਲਕੀ ਵਾਲੀ ਗੱਡੀ ਜਿਹੜੀ ਆ ਉਹ ਆ ਰਹੀ ਆ, ਅਤੇ ਸਮੂਹ ਸੰਗਤਾਂ ਦਾ ਠਾਠਾ ਮਾਰਦਾ ਹੋਇਆ ਇਕੱਠ ਜਿਹੜਾ ਉਹ ਗੁਰੂ ਮਹਾਰਾਜ ਦੇ ਪਿੱਛੇ ਪਿੱਛੇ ਜਿਹੜਾ ਉਹ ਚੱਲ ਰਿਹਾ ਆ, ਅਤੇ ਥਾਂ ਥਾਂ 'ਤੇ ਜਿਹੜੇ ਆ ਜਿਹੜੇ ਲੰਗਰ ਲਾਏ ਹੋਏ ਨੇ, ਚਾਹੇ ਉਹ ਬਦਾਮਾਂ ਵਾਲਾ ਦੁੱਧ, ਸੇਵੀਆਂ, ਬਦਾਨਾ, ਸਮੋਸੇ, ਬਹੁਤ ਸਾਰੇ ਜਿਹੜੇ ਸੰਗਤਾਂ ਸੇਵਾ ਕਰ ਰਹੀਆਂ ਨੇ, ਕਿਉਂਕਿ ਵੱਡੇ ਵੱਡੇ ਕਾਰੋਬਾਰ ਨੇ ਇੱਥੇ ਇੰਗਲੈਂਡ ਦੇ ਵਿੱਚ ਪੰਜਾਬੀਆਂ ਦੇ, ਅਤੇ ਹਰ ਇੱਕ ਦਾ ਜਿਹਦਾ ਵੀ ਕਾਰੋਬਾਰ ਆ ਉਹ ਆਪਣੇ ਕਾਰੋਬਾਰ ਦੇ ਮੋਹਰੇ, ਸ਼ੌਪ ਹੋਵੇ ਕੋਈ, ਜਿਨ੍ਹਾਂ ਦੀਆਂ ਵੀ ਕਿਸੇ ਦਾ ਕਾਰੋਬਾਰ ਆ ਉਹ ਆਪਣੇ ਆਪਣੇ ਕਾਰੋਬਾਰ ਦੇ ਮੋਹਰੇ ਜਿਹੜਾ ਉਹ ਸੇਵਾ ਕਰ ਰਿਹਾ ਲੰਗਰ ਲਗਾ ਕੇ ਉੱਥੇ, ਅਤੇ ਗੁਰੂ ਮਹਾਰਾਜ ਸ਼ਬਦੀਆਂ ਜਿਹੜੀਆਂ ਉਹ ਖੁਸ਼ੀਆਂ ਪ੍ਰਾਪਤ ਕਰ ਰਿਹਾ। ਅਤੇ ਤੁਸੀਂ ਦੇਖ ਸਕਦੇ ਹਾਂ ਅਸੀਂ ਵੱਖ ਵੱਖ ਪੜਾਵਾਂ ਦੇ ਵਿੱਚੋਂ ਨਿਕਲਦਾ ਹੋਇਆ ਨਗਰ ਕੀਰਤਨ, ਜੋ ਇਸ ਸ਼ਹਿਰ ਦੀ ਧਰਤੀ ਨੂੰ ਪਵਿੱਤਰ ਕਰਦੇ ਹੋਏ ਨਗਰ ਕੀਰਤਨ ਵੱਖ ਵੱਖ ਪੜਾਵਾਂ ਵੱਲ ਅੱਗੇ ਵੱਧਦਾ ਹੋਇਆ ਅਤੇ ਸਮਾਪਤੀ ਹੋ ਗਈ ਗੁਰੂ ਨਾਨਕ ਗੁਰਦੁਆਰਾ ਵੈਂਟਸਫੀਲਡ ਵਿਖੇ।